ਵਿਦੇਸ਼ੀ ਧਰਤੀ 'ਤੇ ਆਪਣੀ ਮਿਹਨਤ ਦੇ ਨਾਲ ਸਫਲਤਾ ਹਾਸਲ ਕਰਨ ਦੇ ਬਾਅਦ ਹਲਕਾ ਦੀਨਾਨਗਰ ਦੇ ਬਲਾਕ ਦੁਰਾਂਗਲਾ ਦੇ ਪਿੰਡ ਫਰੀਦਪੁਰ ਦੇ ਨਿਵਾਸੀ NRI ਵਿਜੇ ਕੁਮਾਰ ਨੇ 3 ਪਿੰਡਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਗੋਦ ਲਿਆ ਹੈ ਅਤੇ ਉਹਨਾਂ ਨੇ ਸਕੂਲ ਦੇ RO ਸਿਸਟਮ, ਬੱਚਿਆਂ ਨੂੰ ਵਰਦੀ, ਸਟੇਸ਼ਨਰੀ ਅਤੇ ਬੈਗ ਵੀ ਮੁਹੱਈਆ ਕਰਵਾਏ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਦੇ ਤੌਰ 'ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਾਇਮਰੀ ਸਲਵਿੰਦਰ ਸਿੰਘ ਸਮਰਾ ਅਤੇ ਬਲਾਕ ਸਿੱਖਿਆ ਅਫਸਰ ਜਸ਼ਪਾਲ ਨੇ ਕੀਤਾ। NRI ਪਰਿਵਾਰ ਵਿਜੇ ਕੁਮਾਰ ਦੇ ਇਸ ਯਤਨ ਦੀ ਪਿੰਡ ਵਾਸੀਆਂ ਨੇ ਬਹੁਤ ਪ੍ਰਸ਼ੰਸਾ ਕੀਤੀ। ਮੈਨੂੰ ਮੇਰੇ ਭਾਅ ਜੀ ਬਾਹਰ ਰਹਿੰਦੇ ਆ, ਵਿਜੇ ਕੁਮਾਰ ਜੀ, ਉਹਨਾਂ ਨੇ ਸਪੈਸ਼ਲੀ ਤੌਰ 'ਤੇ ਮੈਨੂੰ ਇੱਥੇ ਪਿੰਡ ਗੋਦ ਲੈਣ ਵਾਸਤੇ, ਸਕੂਲ ਜਿਹੜੇ ਸੀ ਗੋਦ ਲੈਣ ਵਾਸਤੇ ਭੇਜਿਆ ਇੱਥੇ। ਉਹਨਾਂ ਵੱਲੋਂ ਮੈਂ ਇਹ ਗੋਦ ਲੈਣ ਵਾਸਤੇ 96 ਬੱਚੇ ਜਿਹੜੇ ਆ ਗੋਦ ਲਏ ਆ ਸਕੂਲ ਦੇ, ਜਿਹਨਾਂ ਦੇ ਵਿੱਚ ਪਿੰਡ 3 ਨੇ, ਠੱਠੀ, ਫਰੀਦਪੁਰ ਅਤੇ ਕਾਨਾ, ਜਿਹਨਾਂ ਦੇ ਵਾਸਤੇ ਅਸੀਂ ਪੂਰਾ RDP ਇਹਨਾਂ ਨੂੰ ਕਿੱਟ ਪੂਰੀ ਦੇਵਾਂਗੇ, ਪੂਰਾ ਯੂਨੀਫਾਰਮ ਦੇਵਾਂਗੇ ਬੂਟਾਂ ਤੋਂ ਲੈ ਕੇ ਤਾਂ, ਅਤੇ ਬਾਕੀ ਇਹਨਾਂ ਨੂੰ ਸਾਰਾ ਹੀ ਜਿਹੜਾ ਕਿਚਨ ਦਾ ਜਿਹੜਾ ਇਹਨਾਂ ਦਾ ਬਰਤਨ ਹੈ ਉਹ ਵੀ ਦੇਵਾਂਗੇ। ਤਿੰਨ ਪਿੰਡ ਫਰੀਦਪੁਰ, ਠੱਠੀ ਔਰ ਕਾਨਾ, ਤਿੰਨਾਂ ਪਿੰਡਾਂ ਦੇ ਬੱਚੇ ਸਕੂਲਾਂ ਦੇ ਵਿੱਚ ਅਸੀਂ RO ਸਿਸਟਮ ਪੂਰਾ ਸੈੱਟ ਲਗਾ ਕੇ ਦਿੱਤਾ ਹੈ। ਨਾਲ ਬੱਚਿਆਂ ਨੂੰ ਪੂਰੀ ਕਿੱਟ, ਵਰਦੀ, ਕਾਪੀਆਂ, ਬੈਗਸ ਵਗੈਰਾ ਸਭ ਕੁਝ ਪ੍ਰੋਵਾਈਡ ਕਰਵਾਉਣਗੇ। ਅੱਗੇ ਆਉਣ ਵਾਲੇ ਸਮੇਂ 'ਚ ਵੀ ਜੋ ਵੀ ਪਿੰਡ ਅਸੀਂ ਪਿੰਡ ਸਕੂਲਾਂ ਦੇ ਵਿੱਚ ਕੰਟੈਕਟ ਰੱਖਾਂਗੇ, ਜੋ ਵੀ ਇਹਨਾਂ ਦੀ ਸਮੱਸਿਆ ਹੋਏਗੀ ਉਹਨਾਂ ਦੇ ਨੋਟਿਸ ਵਿੱਚ ਲਿਆਵਾਂਗੇ, ਉਹ ਜੋ ਵੀ ਸਾਨੂੰ ਅੱਗੇ ਹੁਕਮ ਦੇਣਗੇ ਉਹ ਅਸੀਂ ਕਰਾਂਗੇ। ਇਹਨਾਂ ਨੂੰ ਬਹੁਤ ਹੀ ਵਧਾਈ ਦਿੰਦਾ ਵਾਂ ਕਿ ਇਹਨਾਂ 'ਤੇ ਬਹੁਤ ਵੱਡਾ ਉਪਰਾਲਾ ਕੀਤਾ, ਜਿਹੜਾ ਛੋਟੇ ਛੋਟੇ ਬੱਚਿਆਂ ਵਾਸਤੇ ਜਿਹੜੇ 5ਵੀਂ ਤੱਕ ਸਾਡੇ ਸਕੂਲ ਨੇ 3, ਜਿਹਦੇ ਵਿੱਚ ਸਾਡਾ ਠੱਠੀ, ਫਰੀਦਪੁਰ ਅਤੇ ਕਾਨਾ, ਉਹ ਇਹਨਾਂ ਨੇ ਸ਼੍ਰੀ ਵਿਜੇ ਕੁਮਾਰ ਜੀ, NRI ਸ਼੍ਰੀ ਕੇਵਲ ਕਿਸ਼ਨ ਜੀ, ਜਿਹਨਾਂ ਦਾ ਕਿ ਬਹੁਤ ਵੱਡਾ ਉਪਰਾਲਾ ਵਾ। ਉਹ ਨਾਲ ਮੈਂ ਧੰਨਵਾਦੀ ਹਾਂ ਗੁਰਮੁਖ ਰਾਜ ਜੀ ਦਾ, ਜਿਹਨਾਂ ਨੇ ਸਾਰਾ ਇਹ ਪ੍ਰਬੰਧ ਜਿੰਨਾ ਵੀ ਹੈਗਾ ਉਹ ਸਾਰਾ ਦੇਖ ਰਹੇ ਆ। ਔਰ ਪੈਸੇ ਤਾਂ ਬਹੁਤ ਦੁਨੀਆ ਕੋਲ ਹੁੰਦੇ ਆ, ਪਰ ਲੇਕਿਨ ਕੁਝ ਬੰਦੇ ਹੁੰਦੇ ਆ ਜਿਹੜੇ ਮਤਲਬ ਆਪਣੀ ਸੋਚ ਮੁਤਾਬਕ, ਬਹੁਤ ਹੀ ਵਧੀਆ ਸੋਚ ਹੈ ਇਹਨਾਂ ਦੀ ਕਿ ਇਹਨਾਂ ਬੱਚਿਆਂ ਦੀ ਜਿਹੜੀ ਆ ਉਹ, ਕਿਉਂਕਿ ਸਾਡੇ ਕੋਲ ਬੱਚੇ ਜਿਹੜੇ ਪੜ੍ਹਦੇ ਆ ਇਹ ਵਿਚਾਰੇ ਬੱਚੇ ਬਹੁਤਾ ਅਫੋਰਡ ਨਹੀਂ ਕਰ ਸਕਦੇ।